ਬਹੁਤ ਬਹੁਤ ਸਵਾਗਤ ਹੈ ਸਟੂਡੈਂਟ ਸਾਰਿਆਂ ਦਾ। ਸੋ USA ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। USA ਦਾ ਟ੍ਰੈਂਡ ਇਸ ਵਕਤ ਬਹੁਤ ਵਧੀਆ ਚੱਲ ਰਿਹਾ। ਸੋ ਜੇ ਤੁਸੀਂ ਵੀ ਪਲਾਨ ਕਰ ਰਹੇ ਹੋ USA ਸਟੱਡੀ ਵੀਜ਼ਾ ਅਪਲਾਈ ਕਰਨਾ, ਤਾਂ ਅੱਜ ਦਾ ਸ਼ੋਅ ਜ਼ਰੂਰ ਦੇਖੋ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ। ਸਨੇਹਾ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸੋ USA ਦਾ ਟ੍ਰੈਂਡ ਕਿੱਦਾਂ ਦਾ ਚੱਲ ਰਿਹਾ ਪ੍ਰੈਜੈਂਟਲੀ, ਕਿਉਂਕਿ USA ਦਾ ਸਭ ਤੋਂ ਵੱਡਾ ਕੰਸਰਨ ਹੁੰਦਾ ਹੈ ਉਹਨਾਂ ਦੇ ਇੰਟਰਵਿਊ ਸਲੋਟਸ? ਬਿਲਕੁਲ ਬਿਲਕੁਲ ਸਰ, ਦੇਖੋ ਇੰਟਰਵਿਊ ਸਲੋਟਸ ਜਿਹੜੇ ਹੈਗੇ ਆ ਮਾਰਚ ਦੇ ਫਸਟ ਵੀਕ ਤੋਂ ਓਪਨ ਹੋ ਜਾਣੇ ਆ, ਐਂਡ ਮੋਰ ਓਵਰ I-20, ਕਿਉਂਕਿ ਆਪਾਂ ਪਹਿਲੇ ਸਟੈਪ ਟੂ ਸਟੈਪ ਚੱਲਦੇ ਹਾਂ। ਸੋ ਸਭ ਤੋਂ ਪਹਿਲੇ USA ਦੇ ਵਿੱਚ ਕੀ ਹੁੰਦਾ ਕਿ ਸਾਡੀ I-20 ਆਉਂਦੀ, ਜਿਹਨੂੰ ਤੁਸੀਂ ਆਫਰ ਲੈਟਰ ਕਹਿ ਦਿੰਦੇ ਆ। ਸੋ ਅੱਗੇ ਯੂਨੀਵਰਸਿਟੀਜ਼ ਉਸ ਚੀਜ਼ ਨੂੰ ਵੀ ਟਾਈਮ ਲੈ ਰਹੀਆਂ ਸੀਗੀਆਂ, ਬਟ ਪ੍ਰੈਜੈਂਟਲੀ I-20 ਟਾਈਮ ਸੇ ਰਿਸੀਵ ਹੋ ਰਹੀ ਆ। ਸੋ ਜਦੋਂ ਪ੍ਰੋਸੈਸ ਸਮੂਥ ਹੋਣਾ ਸਟਾਰਟ ਹੋ ਜਾਂਦਾ ਵਾ ਤਾਂ ਨੈਚੁਰਲ ਆ ਕਿ ਉਹਦਾ ਅਗਲਾ ਸਟੈਪ 'ਤੇ ਵੀ ਵਰਕ ਹੋਏਗਾ। ਸੋ ਹੁਣ ਮੇ ਇਨਟੇਕ, ਸਪਤੰਬਰ ਇਨਟੇਕ ਓਪਨ ਹੈਗੀ ਆ। ਸੋ ਜਿਹੜੇ ਸਟੂਡੈਂਟਸ, ਕਿਉਂਕਿ USA 'ਚ ਕੀ ਰਿਹਾ ਵਾ 6 ਮਹੀਨੇ ਜਾਂ ਸਾਲ ਤੋਂ ਕਿ ਪ੍ਰੋਬਲਮ ਕਿੱਥੇ ਆਉਂਦੀ ਸੀਗੀ ਸਲੋਟਸ ਨੂੰ ਲੈ ਕੇ, ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਸੀਗਾ ਕਿ ਸਟੂਡੈਂਟ ਦਾ ਜਿਹੜਾ ਇਨਟੇਕ ਆ ਉਹ ਡੈਫਰ ਹੋ ਰਿਹਾ ਸੀਗਾ। ਸੋ ਮਾਰਚ ਇਨਟੇਕ ਦੀਆਂ ਵੀ ਕੁਛ ਸਲੋਟਸ ਮਿਲੇ ਆ, ਕਿਉਂਕਿ ਕੀ ਹੁੰਦਾ ਸਲੋਟਸ ਟੋਟਲੀ ਡਿਪੈਂਡ ਕਰਦਾ ਵਾ ਕਿ ਜਦੋਂ ਬੇਸਿਕਲੀ ਕੀ ਹੈ ਕਿ ਸਰ ਜਦੋਂ ਅਸੀਂ ਓਪਨ ਕਰਦੇ ਹਾਂ, ਸਮ ਹਾਓ ਮੇਰੇ ਨਾਲ ਇੱਦਾਂ ਹੋਇਆ ਕਿ ਸਮ ਹਾਓ ਅਸੀਂ ਓਪਨ ਕਰਦੇ ਹਾਂ ਜਦੋਂ ID ਤਾਂ ਸਾਡੇ ਕੋਲ ਸਲੋਟਸ ਓਪਨ ਨਹੀਂ ਹੁੰਦੇ ਆ। ਤੁਸੀਂ ਥੋੜ੍ਹੀ ਦੇਰ ਬਾਅਦ ਰੀਫਰੈਸ਼ ਕਰੋ ਤਾਂ ਕਈ ਵਾਰ ਤੁਹਾਨੂੰ ਡੇਟ ਮਿਲ ਵੀ ਜਾਂਦੀ ਆ, ਜਾਂ ਜਿਨ੍ਹਾਂ ਦੇ ਰਿਲੇਟਿਵਸ USA ਦੇ ਵਿੱਚ ਹੈਗੇ ਆ ਕਿੰਨੇ ਪਹਿਲਾਂ ਮਿਲ ਜਾਂਦੇ ਨੇ ਸਨੇਹਾ ਜੀ ਸਲੋਟਸ? ਸਰ ਦੇਖੋ ਸਲੋਟਸ ਦੀ ਗੱਲ ਕਰੀਏ 2-3 ਮਹੀਨੇ ਤਾਂ ਕਿਤੇ ਵੀ ਨਹੀਂ ਜਾ ਰਹੇ ਸੀਗੇ ਕਿ I-20, ਕਿਉਂਕਿ ਪਹਿਲਾ ਪ੍ਰੋਸੈਸ I-20 ਨੂੰ ਟਾਈਮ ਲੱਗਦਾ। I-20 ਜਦੋਂ ਤੁਹਾਡੀ ਆ ਗਈ ਫਿਰ ਤਾਂ ਸਿਰਫ ਸਲੋਟ ਹੀ ਤੁਸੀਂ ਪਿੱਕ ਕਰਨਾ ਵਾ ਕਿ ਤੁਹਾਡੀ ਇੰਟਰਵਿਊ ਆ। ਸੋ ਹੁਣ ਆਪਾਂ ਉਹ ਦੇਖ ਲੈਂਦੇ ਹਾਂ, ਐਕਸਪੋਜ਼ ਕਰੋ ਹੁਣ ਮਾਰਚ ਇਨਟੇਕ ਆ, ਕਿਉਂਕਿ ਤੁਹਾਡੇ I-20 ਤੇ ਇਹ ਵੀ ਲਿਖਿਆ ਹੁੰਦਾ ਕਿ ਤੁਸੀਂ ਕਾਲਜ ਕਦੋਂ ਤੱਕ ਪਹੁੰਚਣਾ, ਠੀਕ ਹੈ। ਸੋ ਰੀਸੈਂਟਲੀ ਮੇਰੇ 1-2 ਇੱਦਾਂ ਦੇ ਕੇਸਿਸ ਸੀਗੇ ਕਿ ਸਲੋਟਸ ਤਾਂ ਉਹਨਾਂ ਦਾ ਜਿਹੜਾ ਇਨਟੇਕ ਹੈਗਾ ਵਾ ਉਹ ਮਾਰਚ ਇਨਟੇਕ ਸੀਗਾ। ਸੋ ਹੁਣ ਅਗਰ ਸਾਨੂੰ ਸਲੋਟਸ ਮਿਲ ਵੀ ਜਾਂਦੇ ਆ ਮਾਰਚ ਫਸਟ ਵੀਕ ਦੇ, ਤਾਂ ਓਬਵੀਅਸ ਆ ਕਿ ਉਹਨਾਂ ਦਾ ਉਦੋਂ ਤੱਕ ਵੀਜ਼ਾ ਸਟੈਂਪ ਹੋ ਕੇ ਨਹੀਂ ਆਏਗਾ, ਉਹ ਕਾਲਜ ਨਹੀਂ ਪਹੁੰਚਣ ਪਾਏਗੇ, ਤਾਂ ਉਹ ਸਿਸਟਮ ਖਰਾਬ ਹੋ ਜਾਣਾ। ਸੋ ਉਹਨਾਂ ਦੇ ਅਸੀਂ ਡੈਫਰ ਕਰਦੇ ਹਾਂ ਹੁਣ ਕੇਸਿਸ। ਸੋ ਮੇਨ ਇਨਟੇਕ ਹੈਗਾ ਵਾ USA, ਛੋਟੇ ਛੋਟੇ ਇਨਟੇਕਸ ਵੀ ਹੁੰਦੇ ਆ ਸਰ, ਸੋ ਉਹ ਡੈਫਰ ਕਰ ਦਾਂਗੇ ਆਪਾਂ। ਸੋ ਬਟ ਹੁਣ ਜੋ ਪੋਜ਼ਿਟਿਵਿਟੀ ਹੈਗੀ ਆ ਕਿ I-20 ਟਾਈਮ ਸਿਰ ਆ ਰਹੀ ਆ ਔਰ ਮਾਰਚ ਦੇ ਫਸਟ ਵੀਕ ਸਲੋਟਸ ਮਿਲ ਸਕਦੇ ਆ। ਸੋ ਸਕਸੈਸ ਰੇਟ ਮੈਜਰ ਹੁੰਦਾ ਜਿਵੇਂ ਕੈਨੇਡਾ ਦਾ ਹੁੰਦਾ ਹੈ, USA ਦਾ ਕਿੰਨਾ ਸਕਸੈਸ ਰੇਟ ਚੱਲ ਰਿਹਾ ਜਾਂ ਇੰਟਰਵਿਊ ਤੇ ਹੀ ਸਾਰਾ ਕੁਝ? ਨਹੀਂ ਸਰ, ਦੇਖੋ ਬੇਸਿਕਲੀ ਕੀ ਸੀਗਾ ਕਿ ਪਹਿਲੇ ਤਾਂ ਦੇਖੋ ਜੀ ਇੰਨੇ ਸਾਲਾਂ ਦਾ ਐਕਸਪੀਰੀਅੰਸ ਆ ਸਾਡਾ, ਪਹਿਲੇ ਤਾਂ ਸਟੂਡੈਂਟ USA ਅਪਲਾਈ ਨਾ ਥੋੜਾ ਝਿਜਕਦਾ ਸੀਗਾ ਕਿਉਂਕਿ ਇੰਟਰਵਿਊ ਨੂੰ ਲੈ ਕੇ, ਠੀਕ ਹੈ। ਬਟ ਜਿਹੜਾ IELTS ਵਾਲਾ ਸਟੂਡੈਂਟ ਹੁੰਦਾ ਉਹਨੂੰ ਇੰਨਾ ਨਹੀਂ ਹੁੰਦਾ, ਕਿਉਂਕਿ ਆਬਵੀਅਸ ਉਹਨੇ ਮੈਡਿਊਲਸ ਇੰਗਲਿਸ਼ ਤੇ ਆਪਣੇ ਕਲੀਅਰ ਕੀਤੇ ਆ ਤਾਂ ਉਹਨੂੰ ਥੋੜਾ ਕੰਫੀਡੈਂਸ ਹੁੰਦਾ। ਹੁਣ USA ਵੱਲ ਲੋਕਾਂ ਦਾ ਸੁਝਾਅ ਇਸ ਲਈ ਵੀ ਵੱਧ ਰਿਹਾ ਕਿਉਂਕਿ ਇੱਕ ਤਾਂ ਐਕਸਪੈਂਸਿਵ ਨਹੀਂ ਆ, ਠੀਕ ਹੈ, ਪਲੱਸ ਇਹ ਹੈਗਾ ਵਾ ਕਿ ਨੌਰਥ ਦੇ ਸਟੂਡੈਂਟ ਨੂੰ ਕਦੀ ਵੀ USA ਨੇ ਇੰਨਾ ਵੀਜ਼ਾ ਨਹੀਂ ਦਿੱਤਾ। ਹਮੇਸ਼ਾ ਹਰ ਅੰਬੈਸੀ ਹਰਿਆਣਾ ਔਰ ਪੰਜਾਬ ਨੂੰ ਇਹੀ ਦੇਖਦੀ ਆ ਕਿ ਉਹ ਮਤਲਬ ਉਹਨੂੰ ਜਲਦੀ ਵੀਜ਼ਾ ਨਹੀਂ ਦਿੰਦੀ ਆ। ਲਾਸਟ ਈਅਰ ਉੱਥੇ ਉਹਨਾਂ ਨੇ ਕਿਹਾ ਸੀ 10 ਲੱਖ ਵੀਜ਼ਾਸ ਦੇਣੇ ਆ, ਔਰ ਉਹਦੇ ਵਿੱਚੋਂ ਤੁਸੀਂ ਇਹ ਦੇਖੋ ਕਿ ਹਾਲੇ ਅਪੁਆਇੰਟਮੈਂਟ ਦਾ ਸ਼ਡਿਊਲ ਬਹੁਤ ਈਜ਼ੀ ਹੀ ਰਿਹਾ। ਹੁੰਦਾ ਕੀ ਪਿਆ ਵਾ ਕਿ 1-2 ਮਹੀਨੇ ਸਲੋਟਸ ਖੁੱਲ ਜਾਂਦੇ ਆ, ਉਹਨਾਂ ਕੋਲ ਓਬਵੀਅਸ ਆ ਉਸ ਮੈਨੇਜ ਨਹੀਂ ਹੁੰਦਾ, ਫਿਰ ਸਲੋਟਸ ਬੰਦ ਹੋ ਜਾਂਦੇ, ਕਿਉਂਕਿ ਇੱਕ ਲਿਮਿਟ ਆ ਨਾ ਉਹ ਕਿੰਨੇ ਬੱਚਿਆਂ ਦੀ ਇੰਟਰਵਿਊ ਲੈ ਸਕਦੇ ਆ। ਬਟ ਇਹ ਸਾਰਿਆਂ ਦੇ ਵਿੱਚ ਇੱਕ ਚੀਜ਼ ਜ਼ਰੂਰ ਦੇਖੀ ਗਈ ਆ ਕਿ ਰਿਜ਼ਲਟਸ ਬਹੁਤ ਪੋਜ਼ਿਟਿਵ ਹੈਗੇ ਆ। ਸੋ ਜਦੋਂ ਮਾਰਕੀਟ ਦੇ ਵਿੱਚ ਰਿਜ਼ਲਟ ਪੋਜ਼ਿਟਿਵ ਆਉਣੇ ਸਟਾਰਟ ਹੋ ਜਾਂਦੇ ਤਾਂ ਸਟੂਡੈਂਟ ਉੱਧਰ ਮੋਲਡ ਹੋ ਜਾਂਦਾ, ਔਰ ਇਸ ਟਾਈਮ USA ਮੋਲਡ ਹੋਣ ਦਾ ਸਭ ਤੋਂ ਮੇਨ ਰੀਜ਼ਨ ਕੀ ਹੈਗਾ, ਕੈਨੇਡਾ ਦੀ GIC ਹੋ ਗਈ, ਹੁਣ ਹਰ ਕਿਸੇ ਦੀ ਪਾਕਟ ਸੇਮ ਨਹੀਂ ਹੈਗੀ ਆ। ਸੋ ਇਨਟੇਕਸ ਸਨੇਹਾ ਜੀ ਫਿਲਹਾਲ ਜਿਵੇਂ ਤੁਸੀਂ ਕਿਹਾ
ਬਹੁਤ ਵਧੀਆ ਰਿਜ਼ਲਟ ਆ ਰਹੇ ਨੇ, ਕਿਹੜੇ ਕਿਹੜੇ ਇਨਟੇਕਸ ਆ ਸਰ? ਪ੍ਰੈਜ਼ੈਂਟਲੀ? ਮਈ ਇਨਟੇਕ ਹੈਗਾ ਵਾ, ਉਸ ਤੋਂ ਬਾਅਦ ਤੁਹਾਡਾ ਸਪਟੈਂਬਰ ਇਨਟੇਕ ਹੈਗਾ, ਜੁਲਾਈ ਇਨਟੇਕ ਆ, ਕਿਉਂਕਿ ਯੂਨੀਵਰਸਿਟੀ ਟੂ ਕਾਲਜ ਵੈਰੀ ਕਰਦੇ ਆ ਇਨਟੇਕਸ ਇੱਥੇ। ਸੋ ਕਿੰਨਾ ਕੁ ਬਜਟ ਲੈ ਕੇ ਚੱਲਣ ਸਟੂਡੈਂਟਸ? ਬਿਲਕੁਲ ਸਰ, ਬਜਟ ਦੀ ਇੱਥੇ ਸਭ ਤੋਂ ਮੇਨ ਚੀਜ਼ ਕੀ ਹੈਗੀ ਆ ਕਿ ਇੱਥੇ ਰਿਸਕ ਨਹੀਂ ਹੈਗਾ ਤੁਹਾਡਾ। ਸਭ ਤੋਂ ਪਹਿਲੇ ਕਿ ਤੁਹਾਨੂੰ ਜਦੋਂ I-20 ਇੱਥੇ, ਮੈਂ ਸ਼ੋਅ ਦੇ ਥਰੂ ਜ਼ਰੂਰ ਦੱਸਣਾ ਚਾਹੂੰਗੀ ਕਿਉਂਕਿ ਮੈਂ ਚੀਜ਼ਾਂ ਜਦੋਂ ਕਾਉਂਸਲਿੰਗ ਲੈਂਦੀ ਹਾਂ ਤਾਂ ਸਟੂਡੈਂਟਸ ਨੂੰ ਇਹ ਡਾਊਟ ਹੁੰਦਾ। ਸਟੂਡੈਂਟ ਨੂੰ ਇਹ ਡਾਊਟ ਹੈਗਾ ਕਿ I-20 ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਸਾਨੂੰ ਫੰਡਸ ਦੀ ਰਿਕੁਆਇਰਮੈਂਟ ਉਦੋਂ ਨਹੀਂ ਆ। USA ਦੇ ਵਿੱਚ ਕੀ ਹੈਗਾ ਕਿ ਤੁਸੀਂ ਆਪਣੀ I-20 ਦੀ ਫੀਸ ਪੇ ਕਰਦੇ ਹੋ ਔਰ ਉਸ ਤੋਂ ਬਾਅਦ ਤੁਹਾਡੇ ਜਿਹੜੇ ਫੰਡਸ ਹੁੰਦੇ, ਕਿਉਂਕਿ ਇੱਥੇ ਟਿਊਸ਼ਨ ਫੀਸ ਨਹੀਂ ਜਾਂਦੀ, ਸਭ ਤੋਂ ਵੱਡਾ ਬੈਨੀਫਿਟ ਹੈ ਕਿ ਤੁਹਾਡਾ ਵੀਜ਼ਾ ਆਏਗਾ ਤਾਂ ਤੁਸੀਂ ਆਪਣੀ ਟਿਊਸ਼ਨ ਫੀਸ ਦੇਣੀ ਆ। ਸੈਕਿੰਡ, ਤੁਸੀਂ ਜਿਹੜੀ ਟਿਊਸ਼ਨ ਫੀਸ ਹੈਗੀ ਉਹ 6 ਮੰਥ ਦੀ ਦੇ ਸਕਦੇ ਹੋ। ਬਾਕੀ ਅਗਰ ਅਸੀਂ ਕੰਟਰੀਜ਼ ਨਾਲ ਕੰਪੇਅਰ ਕਰੀਏ, UK ਨੂੰ ਕਰੀਏ, ਇਸ ਟਾਈਮ UK ਵੀ ਫੁੱਲ ਫੀਸ ਲੈ ਰਿਹਾ, ਕੈਨੇਡਾ ਵੀ ਫੁੱਲ ਫੀਸ ਲੈ ਰਿਹਾ, ਸੋ ਹਾਫ ਫੀਸ ਜਿਨ੍ਹਾਂ ਦਾ ਨਹੀਂ ਬਜਟ ਹੈ, USA ਬੈਸਟ ਆਪਸ਼ਨ ਆ। ਸੈਕਿੰਡ ਜਿਹੜੀ ਗੱਲ ਹੈਗੀ ਫੰਡਿੰਗ ਨੂੰ ਲੈ ਕੇ, ਇੱਥੇ ਤੁਹਾਨੂੰ 1 ਦਿਨ ਓਲਡ ਫੰਡ ਦਿਖਾਉਣੇ ਹੁੰਦੇ ਆ, ਸੋ 30-35 ਲੱਖ ਦੇ ਫੰਡਸ ਹੈਗੇ ਆ, ਬਟ I-20 ਜਦੋਂ ਅਪਲਾਈ ਕਰਦੇ ਆ ਫੰਡਸ ਉਦੋਂ ਵੀ ਚਾਹੀਦੇ ਆ, ਔਰ ਜਦੋਂ ਤੁਹਾਨੂੰ ਸਲੋਟ ਮਿਲ ਜਾਂਦਾ ਉਦੋਂ ਵੀ ਤੁਹਾਡੇ ਕੋਲ ਫੰਡਸ ਦੀ ਡਿਟੇਲਸ ਹੋਣੀ ਚਾਹੀਦੀ ਆ। ਸੋ ਸਟੂਡੈਂਟਸ, ਬਹੁਤ ਵਧੀਆ ਟ੍ਰੈਂਡ ਚੱਲ ਰਿਹਾ USA ਦਾ। USA ਜਲਦੀ ਕਿਤੇ ਇੰਟਰਵਿਊ ਦੇ ਸਲੋਟਸ ਨਹੀਂ ਮਿਲਦੇ, ਬਟ ਇਸ ਵਕਤ ਜਿਵੇਂ ਸਨੇਹਾ ਜੀ ਨੇ ਦੱਸਿਆ ਕਿ ਵਧੀਆ ਟ੍ਰੈਂਡ ਚੱਲ ਰਿਹਾ, ਸੋ ਇਹ ਟ੍ਰੈਂਡ ਦਾ ਤੁਸੀਂ ਵੀ ਫਾਇਦਾ ਲੈ ਸਕਦੇ ਹੋ। ਕੋਈ ਵੀ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।